ਮੈਂ ਭਾਜੀ ਇੱਕ ਨਾ ਧੁੰਦੇ ਦੀ ਸੁਣੀ ਛੋਟੀ ਜੀ, ਚੱਲ ਆਪਾਂ ਇਹ ਗੱਲ ਕਰ ਲੈਣੀ ਛੋਟੀ ਜੀ, ਬਾਕੀ ਤੁਸੀਂ ਕਰ ਲਿਓ ਬਾਅਦ ਚ। ਕੋਈ ਨੀ ਕੋਈ ਨੀ ਹਾਂਜੀ। ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਭਈ ਜਿਹੜਾ ਜਿਹੜਾ ਸੀਜ਼ਨ ਚੱਲਦਾ ਨਾ, ਜਿਹੜਾ ਸੀਜ਼ਨ ਚੱਲਦਾ ਉਹ ਜਥੇਦਾਰ ਨੂੰ ਕੋਸਣ ਦਾ ਚੱਲ ਰਿਹਾ। ਉਹਨੇ ਬਿਆਨ ਚ ਦੇ ਦਿੱਤਾ ਭਈ ਬਦਤਮੀਜ਼ ਉਹ ਲੋਕ ਆ ਜਿਹਨਾਂ ਨੇ ਵੋਟਾਂ ਨੀ ਪਾਈਆਂ, ਬੜੀ ਬਦਤਮੀਜ਼ੀ ਕੀਤੀ। ਤੇ ਹੁਣ ਉਹ ਸੌਖਾ ਟਾਰਗੇਟ ਆ, ਤੇ ਹੁਣ ਉਹਨਾਂ ਨੂੰ ਉਹਦੇ ਦੁਆਲੇ ਜਦੋਂ ਸਾਰੇ ਹੀ ਜਿਹੜੇ ਕਦੇ ਵੀ ਨਹੀਂ ਬੋਲੇ ਉਹ ਵੀ ਬੋਲ ਰਹੇ ਆ, ਤੇ ਉਹ ਚ ਧੁੰਦਾ ਵੀ ਬੋਲਦਾ ਸੀਗਾ। ਤੇ ਮੈਂ ਉਹ ਧੁੰਦੇ ਦੀ ਥੋੜੀ ਜਿਹੀ ਸੁਣੀ, ਸਿਰਫ ਇੱਕ ਮਿੰਟ ਹੀ, ਸਿਰਫ ਸੱਚੀ ਕਹਿਣਾ ਮੈਂ ਝੂਠ ਨੀ ਬੋਲਦਾ। ਉਹਦੇ ਵਿੱਚ ਅੱਗੇ ਵੀ ਸੁਣਿਆ ਵਾ ਉਦਾਂ ਕਦੇ ਕਈ ਵਾਰੀ ਵੀ ਜੀ ਅਕਾਲੀ ਦੀ, ਜਦੋਂ ਅਕਾਲੀਆਂ ਦੀ ਗੱਲ ਕਰਦੇ ਨਾ, ਜਦੋਂ ਅਕਾਲੀਆਂ ਦੀ ਗੱਲ ਕਰਦੇ ਅਖੇ, ਅਕਾਲੀ ਉਹ ਹੁੰਦਾ ਜਿਹੜਾ ਇੱਕ ਅਕਾਲ ਨਾਲ ਜੁੜਿਆ ਵਾ। ਭਾਜੀ ਯਾਰ ਅਕਾਲੀ ਇੱਕ ਪਾਰਟੀ ਹੈ, ਜੇ ਹੁਣ ਜੇ ਕਾਂਗਰਸ ਕਹਿ ਦੇਵੇ ਕਾਂਗਰਸ ਹੀ ਉਹ ਹੁੰਦਾ ਜਿਹੜਾ ਇੱਕ ਅਕਾਂਤ ਨਾਲ ਜੁੜਿਆ ਵਾ, ਫੇਰ ਜੇ ਬੀਜੇਪੀ ਵਾਲੇ ਕਹਿ ਦੇਣ ਜਿਹੜਾ ਮੂਲ ਬੀਜ ਨਾਲ ਜੁੜਿਆ ਵਾ ਉਹ ਬੀਜੇਪੀ ਵਾਲਾ ਹੁੰਦਾ ਫੇਰ। ਨਹੀਂ ਨਹੀਂ ਇਹ ਤਾਂ ਇਹ ਬਸ ਇਹ ਤਾਂ ਧੁੰਦੇ ਹੁਣੀ ਤਾਂ ਬਹੁਤ ਬਹੁਤ ਬੇਸ਼ਰਮ ਜਿਹਾ ਹੋ ਗਿਆ ਯਾਰ, ਪਤਾ ਨੀ ਮਤਲਬ ਕਿੱਦਾਂ ਤੁਸੀਂ। ਅਕਾਲੀ ਇੱਕ ਪਾਰਟੀ ਹੈ ਯਾਰ, ਪਾਰਟੀ ਦਾ ਨਾਂ ਜਿੱਦਾਂ ਆਪ ਪਾਰਟੀ ਬਣੀ ਹੈ, ਇੱਕ ਵਾਰਸ ਪੰਜਾਬ ਦੇ ਬਣਾਈ ਬੈਠਾ ਕੋਈ ਕੋਈ ਬਣਾਈ ਬੈਠਾ ਆ, ਇੱਦਾਂ ਤੁਸੀਂ ਉਹਨੂੰ ਪਾਰਟੀ ਨੂੰ ਮਤਲਬ ਕਿਉਂ ਲੋਕਾਂ ਦੇ ਦਿਮਾਗ ਚ ਪਾ ਰਹੇ ਅਕਾਲੀ ਅਕਾਲ ਨਾਲ ਜੁੜਿਆ ਹੋਵੇ। ਇੱਕ ਅਕਾਲ ਨਾਲ ਕਿਹੜਾ ਅਕਾਲ ਯਾਰ, ਕਿੱਥੇ ਆ ਅਕਾਲ? ਨਹੀਂ ਨਹੀਂ ਆਪਣੀ ਇਹਨਾਂ ਦੇ ਇਹਨਾਂ ਲੋਕਾਂ ਦੇ ਸਵਾਲ ਵੀ ਆਪਣੇ ਹੁੰਦੇ ਆ, ਜਵਾਬ ਵੀ ਆਪਣੇ ਹੁੰਦੇ ਆ, ਆਪ ਸਾਰੇ ਤਰਕ ਆਪਣੀ ਮਰਜ਼ੀ ਨਾਲ। ਉਹ ਇੱਕ ਇੱਕ ਚੁਟਕਲਾ ਨਹੀਂ ਸੀ ਸੁਣਾਉਂਦੇ ਹੁੰਦੇ ਭੀ ਕੋਈ ਬੰਦਾ ਸੀ ਸਾਈਕਲ ਤੇ ਜਾਂਦਾ ਸੀ, ਉਹਨੂੰ ਨਾ ਜਾਂਦੇ ਜਾਂਦੇ ਨੇ ਏਦਾਂ 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 ਹੱਥ ਕਰ ਦਿੱਤਾ। ਮਤਲਬ ਸਾਈਕਲ ਤੇ ਜਾਂਦਾ ਬੰਦਾ ਜਦੋਂ ਹੱਥ ਕਰਦਾ, ਇੰਡੀਕੇਟਰ ਤਾਂ ਹੁੰਦੇ ਹੀ ਸੀ ਪੁਰਾਣੇ ਸਮੇਂ ਚ, ਹੁਣ ਹੱਥ ਕਰਨ ਦਾ ਮਤਲਬ ਹੁੰਦਾ ਸੀ ਵੀ ਮੈਂ ਇੱਧਰ ਨੂੰ ਮੁੜਨਾ, ਇਹਨੇ ਦਾ ਹੱਥ ਕੀਤਾ। ਉਹਦੇ ਥੋੜਾ ਜਿਹਾ ਅੱਗੇ ਸੜਕ ਦੇ ਵਿੱਚ ਉਸੇ ਰੋਡ ਚ ਪੈਣ ਲਈ ਕੋਈ ਬੰਦਾ ਖੜਾ ਹੋਊਗਾ, ਉਹਨੂੰ ਗੱਡੀ ਪਾ ਲਈ ਆਪਣੀ। ਉਹ ਜਦੋਂ ਉਹ ਸਾਈਕਲ ਵਾਲਾ ਮੁੜਿਆ ਨਾ ਉਧਰ ਨੂੰ, ਉਹ ਵਿੱਚ ਵੱਜਾ ਜਾ ਕੇ ਵਿੱਚ ਵੱਜਾ। ਹਾਂ ਉਹ ਕਹਿੰਦਾ ਸਾਈਕਲ ਵਾਲਾ ਕਹਿੰਦਾ ਵੀ ਮੈਂ ਮੇਨ ਰੋਡ ਤੇ ਜਾ ਰਿਹਾ, ਤੂੰ ਗੱਡੀ ਕਿੱਦਾਂ ਵਿੱਚ ਪਾ ਲਈ? ਉਹ ਕਹਿੰਦਾ ਤੈਂ ਤਾਂ ਹੱਥ ਕੀਤਾ ਸੀ ਏਦਾਂ, ਮੈਂ ਮੁੜਨਾ ਆ। ਉਹ ਕਹਿੰਦਾ ਜਦੋਂ ਮੈਂ ਹੱਥ ਏਦਾਂ ਕਰਿਆ ਆ, ਮੈਂ ਉਸੇ ਵੇਲੇ ਕਹਿੰਦਾ ਏਦਾਂ ਕਾਂਟਾ ਵੀ ਵਾਹਿਆ ਸੀ ਹਵਾ ਚ, ਤੇ ਮੈਂ ਨਹੀਂ ਮੁੜਨਾ। ਤੁਸੀਂ ਲੋਕਾਂ ਨੂੰ ਕੀ ਇਮੋਸ਼ਨ ਕਰਦੇ, ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣੇ ਆ। ਸਿੱਧਾ ਕਹੋ ਭਾਜੀ ਉਹ ਇੱਕ ਪਾਰਟੀ ਹੈ, ਇਹਦੇ ਨਾਲ ਸਿੱਖਾਂ ਦਾ ਕੀ ਲੈਣ ਦੇਣਾ? ਨਾ ਨਾ ਆਪ ਤੁਸੀਂ ਸਿੱਧੀ ਗੱਲ ਕਰੋ, ਪਾਰਟੀ ਦੀ ਗੱਲ ਕਰੋ, ਤੇ ਉਹਨੂੰ ਜਥੇਦਾਰ ਨੂੰ ਕਹੋ ਵੀ ਤੂੰ ਸਿੱਖਾਂ ਨੂੰ ਬਦਤਮੀਜ਼ ਕਾਹਦੇ ਕਹਿੰਦਾ, ਜੇ ਮਤਲਬ ਵੋਟ ਉਹਨਾਂ ਨੂੰ ਨਹੀਂ ਪਾਈ ਹੈਗੀ ਉਹਨਾਂ ਨੇ, ਤੇ ਉਹ ਚੀਕ ਮਤਲਬ ਬਾਕੀ ਜਿਹੜੇ ਬਾਕੀ ਨੂੰ ਵੋਟ ਪਾਉਣ ਵਾਲੇ ਉਹ ਸਿੱਖ ਨੀ ਹੈਗੇ, ਤੂੰ ਸਾਰੇ ਸਿੱਖਾਂ ਨੂੰ ਬਦਤਮੀਜ਼ ਕਹਿਤਾ। ਮਤਲਬ ਬਦਤਮੀਜ਼ ਵੀ ਉੱਥੇ ਤੀਕਰ ਕਹਿ, ਉਹ ਜਥੇਦਾਰ ਵੀ ਇੱਦਾਂ ਦਾ ਝੁੱਡੂ ਹੈ, ਉਹ ਕਹਿੰਦਾ ਵੀ ਉਂਝ ਸਾਰਾ ਹੀ ਪੰਥ ਨਾਲ ਹੈ, ਵੋਟਾਂ ਸ਼ੱਕ ਨੀ ਪਾਈਆਂ, ਵੋਟਾਂ ਪਾਉਣ ਤੋਂ ਬਿਨਾਂ ਵੋਟਾਂ ਦੂਜਿਆਂ ਨੂੰ ਪਾ ਗਿਆ ਉਦਾਂ ਨਾਲ ਹੈ ਸਾਰੇ। ਉਹਨਾਂ ਨੂੰ ਪਤਾ ਆ ਸਤਨਾਮ ਸਿੰਘ ਇਹ ਗੱਲ ਹੁਣੀ ਵੀ ਸੱਚ ਆ, ਜਿੱਦਣ ਉਹਨੇ ਕੋ ਪੱਤਾ ਖੇਡਣਾ ਹੈ ਨਾ ਜੀ, ਇਹਨਾਂ ਦੇ ਮੂੰਹਾਂ ਚ ਘੁੰਗਣੀਆਂ ਪੈਣੀਆਂ, ਤੁਸੀਂ ਹਰ 6-6 ਮਹੀਨੇ ਬਾਅਦ ਏਦਾਂ ਰਿਕਾਰਡ ਕਰਨ ਲੱਗ ਪਾਓ ਜਾਣੀ। ਹਾਂਜੀ ਹਰ 6 ਮਹੀਨੇ ਦਾ ਸੈਗਮੈਂਟ ਦੇਖਦੇ ਜਾਇਓ ਕਿੱਦਾਂ ਬਦਲਣਾ ਕੰਮ, ਜਿਹੜੇ 6 ਮਹੀਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਉੱਤੇ ਧਰਨੇ ਲੱਗਦੇ ਸੀ, ਉਹ ਤੋਂ ਬਾਅਦ ਕਿਸਾਨ ਮੋਰਚੇ ਵੇਲੇ ਵਾਲੇ 6 ਮਹੀਨੇ ਵੀ ਉਦਾਂ ਦੇ ਸੀ, ਉਦੋਂ ਬਦਲ ਗਿਆ ਸਾਰਾ ਕੁਛ, ਸਾਰਾ ਕੁਝ ਬਦਲ ਗਿਆ। ਠੀਕ ਹੈ ਹੁਣ ਵੀ ਮੋਹਰੇ ਕੋਈ ਨਾ ਕੋਈ ਮੁੱਦਾ ਆ ਜਾਣਾ ਉਦਾਂ ਦਾ, ਅਗਲੇ ਨੇ ਖੜਾ ਕਰ ਦੇਣਾ, ਬਾਦਲਾਂ ਨੇ ਚਾਹੇ ਉਹ ਸਰਸੇ ਵਾਲੇ ਦਾ, ਭਨਿਆਰੇ ਵਾਲੇ ਦਾ, ਕਿਸੇ ਦਾ ਵੀ ਕਰ ਦੇਣਾ, ਇੱਦਾਂ ਬਹੁਤ ਪੱਤੇ ਉਹਨਾਂ ਕੋਲ ਭਾਜੀ। ਹਾਂਜੀ ਉਹਨੇ ਕੋਈ ਨਾ ਕੋਈ ਧਿਰ ਖੜੀ ਕਰਕੇ ਮੋਰਚਾ ਲਵਾ ਦੇਣਾ, ਇਹ ਧੁੰਦੇ ਵਰਗਿਆਂ ਨੇ ਸਾਰਿਆਂ ਨੇ ਵਿਦਾ ਲਹਿਰ ਬਣਾ ਕੇ ਫਿਰ ਬਾਹਾਂ ਖੜੀਆਂ ਕਰ ਕਰਕੇ ਉਧਰ ਨੂੰ ਬੋਲਦੇ ਹੋਣਾ। ਹੁਣ ਜਥੇਦਾਰ ਤੇ ਰਣਜੀਤ ਸਿੰਘ, ਉਹ ਜਥੇਦਾਰ ਤੇ ਰਣਜੀਤ ਸਿੰਘ ਬੋਲ ਗਿਆ। ਹਾਂਜੀ ਬਿਲਕੁਲ ਅਤਿੰਦਰਪਾਲ ਹੁਣੀ, ਹੁਣ ਪਤਾ ਆ ਵੀ ਜਦੋਂ ਵੱਡੇ ਵੱਡੇ ਬੰਦਿਆਂ ਨੇ ਬੋਲ ਦਿੱਤਾ, ਜੇ ਇਸ ਵਿਸ਼ੇ ਤੇ ਮੈਂ ਗੱਲ ਕਹੂੰਗਾ ਤੇ ਅਗਲੇ ਨੂੰ ਜਵਾਬ ਦੇਣ ਲਈ ਪਹਿਲਾਂ ਵੱਡੀ ਧਿਰ ਹੋਗੀ, ਮੈਨੂੰ ਥੋੜਾ ਕੁਛ ਵੀ ਕਹੂਗੇ।
ਕਹਿੰਦੇ ਉਹ ਵਿੱਚ ਲੁਕ ਕੇ ਭੀੜ ਦਾ ਹਿੱਸਾ ਬਣੇ ਆ, ਜਦੋਂ ਭੀੜ ਹੋ ਗਈ ਸਾਰੇ ਕਹਿਣ ਵਾਲੀ ਭੀੜ ਦਾ ਹਿੱਸਾ ਬਣ ਕੇ ਫਿਰ ਗੱਲ ਕਰਤੀ ਨੀ। ਹੁਣ ਧੁੰਦੇ ਹੁਣੇ ਜਦੋਂ ਨਾ ਜਾਪ ਸਾਹਿਬ ਬਾਰੇ ਅਸੀਂ ਕਹਿੰਦੇ ਹਾਂ ਵੀ ਜਾਪ ਸਾਹਿਬ ਬਾਰੇ ਇਹ ਤਾਂ ਏਦਾਂ ਸੋਟੀਆਂ ਰੱਖ ਰੱਖ ਕੇ ਬੋਲਦਾ ਸੀ, ਉਹ ਪਤਾ ਕਿਹੜਾ ਦਿਨ ਸੀ? ਉਹ ਦਿਨ ਸੀਗੇ ਜਦੋਂ ਕਾਲੇ ਅਫਗਾਨੇ ਦੇ ਉੱਤੇ ਤੇ ਸਪੋਕਸਮੈਨ ਵਾਲੇ ਦੇ ਉੱਤੇ ਘੱਗੇ ਹੁਣਾਂ ਦੇ ਉੱਤੇ ਅਕਾਲ ਤਖ਼ਤ ਦਾ ਡੰਡਾ ਲਮਕਦਾ ਸੀ। ਉਹ ਮੋਹਰੇ ਸੀ, ਇਹ ਇਹ ਛੋਟੀ ਧਿਰ ਸੀ, ਇਹ ਲੁਕੇ ਹੋਏ ਸੀ। ਤੋਰ ਰਹੇ ਆ ਤੇ ਲੋਕਾਂ ਨੂੰ ਬੇਵਕੂ ਬਣਾ ਰਹੇ ਆ। ਅੱਜ ਅੱਜ ਜਥੇਦਾਰ ਦੇ ਖਿਲਾਫ ਆ, ਕੱਲ ਨੂੰ ਜਾ ਕੋਈ ਜਥੇਦਾਰ ਨੇ ਉਸੇ ਜਥੇਦਾਰ ਨੇ ਕੋਈ ਹੋਰ ਬਿਆਨ ਜਾਂ ਤੁਹਾਡੇ ਬਾਰੇ ਜਾਂ ਕਿਸੇ ਬਾਰੇ ਦੇ ਦਿੱਤਾ, ਉਸ ਵੇਲੇ ਜਿੱਦਾਂ ਅੱਗੇ ਵੀ ਕਰਦੇ ਹੁੰਦੇ ਵੀ ਜਥੇਦਾਰ ਉੱਦਾਂ ਮਾੜਾ ਆ, ਆਹ ਫੈਸਲਾ ਬਹੁਤ ਵਧੀਆ ਭਾਜੀ। ਜਿਹੜੇ ਬਾਦਲ ਜਾਂ ਜਥੇਦਾਰ ਇਹ ਕਿੱਦਾਂ ਮਤਲਬ ਇਹ 5 ਸਾਲ ਕੁੱਟਣ ਤੋਂ ਬਾਅਦ ਇੱਕ ਕੰਮ ਕਰ ਦਿੰਦੇ ਵਧੀਆ, ਇਹਨਾਂ ਨੂੰ ਪਤਾ ਆ, ਭੇਜਦਾ ਆ ਉਹਨਾਂ ਨੂੰ, ਉਹ ਸਾਰਿਆਂ ਨੂੰ ਉੱਧਰ ਲਾ ਦਿੰਦੇ ਆ, ਇਹ ਸਾਰੇ ਉੱਧਰ ਲਾ ਕੇ ਚਲੋ ਬੱਲੇ ਬੱਲੇ ਬੱਲੇ। ਹੁਣ ਦੇਖੋ ਗੁਰੂ ਪਿੱਛੇ ਆ ਇੱਕ ਪ੍ਰਵਾਨੇ ਦੀ ਜਿਹੜੀ ਆਹ ਉਦਣ ਜਦੋਂ ਬੰਦਾ ਵੱਢਿਆ ਨੀ ਉੱਥੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਹੁਣ ਉਹ ਬੰਦੇ ਵੱਢਣ ਦੇ ਪਿੱਛੇ ਨਾ ਪ੍ਰਵਾਨਾ ਕਹਿੰਦਾ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ 100-300 ਮਾਫ ਆ, ਗੁਰੂ ਵੀ ਦਾ ਤੇ ਲਾਤਾ ਇਹਨਾਂ ਲੋਕਾਂ ਦਾ ਯਾਰ, ਗੁਰੂ ਵੀ ਉਹ ਮਾਰਿਆ ਚੱਕ ਕੇ ਗੁਰੂ ਨੂੰ ਵਧਾ ਰੋਲਦਾ ਜਾਣ ਦਿਓ, ਕਹਿੰਦਾ ਉੱਜੜ ਦਿਓ ਜਿੱਥੇ ਗੁਰੂ ਮਤਲਬ ਬੰਦਾ ਵੱਢ ਕੇ ਵਧੀਆ ਕੰਮ ਕਰਤਾ ਤੇ ਗੁਰੂ ਤੁਹਾਡੇ ਲਈ, ਹੁਣ ਤੁਸੀਂ 300 ਦੇ ਵੀ ਦੇਖੋ ਯਾਰ ਗੁਰੂ ਦੇ ਚੋਰੀ ਕਰਨ ਦੇ ਇਲਜ਼ਾਮ ਚੋਂ ਵੀ ਬਰੀ ਕਰਤਾ ਉਹਨਾਂ ਨੂੰ, ਦੱਸੋ ਇੱਥੇ ਤੀਕਰ ਸੋਚਦੇ ਬੰਦੇ ਇਹ ਕਿੱਥੇ ਖੜਨਗੇ? ਨਹੀਂ 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 ਇਹਨਾਂ ਦੇ ਨੀ ਬਸ ਸੀ ਗੱਲ।